ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕੋ ਰਾਤ ਦੇ ਵਿੱਚ ਦੋ ਚੋਰੀ ਦੀਆਂ ਵਾਰਦਾਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਚੋਰ ਚੋਰੀ ਕਰਕੇ ਹੋਏ ਫਰਾਰ ਪੁਲਿਸ ਦੇ ਹੱਥ ਲੱਗੀ ਸਿਰਫ ਸੀਸੀਟੀਵੀ लगातार सूबे दे किसी ना किसी जिले दे विच लॉ एंड ऑर्डर की स्थिति कोलैप्स हुंदी होई नज़र आउंदी है तां दल एक वार दहला जांदा है। मुक्तसर साहिब दे विच इको रात दे विच एक घंटे दे अंदर अंदर दो वारदातां नूं अंजाम दिता गया। दो मोटरसाइकल सवार नौजवानों ने दोवां वारदातों यह अंजाम दिता है दो अलग अलग जगह पर। पिस्तौल की नोक से दोवें लुट दियां वारदातां हुई ने। मुक्तसर साहब की कोटकपुरा रोड बाईपास से एक सैलून के पिस्तौल की नोक से करीब 22,000 रुपए किदा लुटे देखो वीडियो। ਲੈ ਚੱਲਦੇ ਹਾਂ ਤੁਹਾਨੂੰ ਦੂਜੀ ਵਾਰਦਾਤ ਦੇ ਵੱਲ। ਬਠਿੰਡਾ ਰੋਡ ਸਥਿਤ ਲਾਪੀਨੋ ਪੀਜ਼ਾ ਵਿਖੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਾਊਂਟਰ 'ਚ ਪਈ ਸਾਰੀ ਨਕਦੀ ਲੈ ਗਏ ਨੇ ਜੋ ਕਰੀਬ 10,000 ਸੀ ਤਕਰੀਬਨ, ਅਤੇ ਕਰਮਚਾਰੀ ਦੇ ਸਿਰ 'ਤੇ ਸੱਟ ਵੀ ਮਾਰੀ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਦੋਵੇਂ ਨੌਜਵਾਨ ਇੰਨੇ ਜ਼ਿਆਦਾ ਬੇਖੌਫ ਨਜ਼ਰ ਆ ਰਹੇ ਨੇ, ਤੁਹਾਨੂੰ ਵੀਡੀਓ ਦੇਖ ਕੇ ਸਾਫ਼ ਸਾਫ਼ ਸਮਝ ਆ ਹੀ ਗਿਆ ਹੋਵੇਗਾ ਕਿ ਚੋਰਾਂ ਦੇ ਦਿਲ ਦੇ ਵਿੱਚ ਪੁਲਿਸ ਦਾ ਖੌਫ ਬਿਲਕੁਲ ਹੀ ਮੁੱਕ ਚੁੱਕਿਆ ਅਤੇ ਜਿਹੜਾ ਖੌਫ ਹੈ ਹੁਣ ਪਬਲਿਕ ਦੇ ਦਿਲਾਂ ਦੇ ਵਿੱਚ ਹੈ ਕਿ ਕਦੋਂ ਉਹਨਾਂ ਨਾਲ ਕੁਝ ਵੀ ਵਾਪਰ ਸਕਦਾ। ਪੁਲਿਸ ਕੋਟਕਪੁਰਾ ਰੋਡ ਬਾਈਪਾਸ 'ਤੇ ਇਹਨਾਂ ਵੱਲੋਂ ਕੀਤੀ ਲੁੱਟ ਦੀ ਜਾਂਚ ਪੜਤਾਲ ਕਰ ਰਹੀ ਸੀ ਤਾਂ ਬਠਿੰਡਾ ਰੋਡ 'ਤੇ ਦੂਜੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਦੋਵੇਂ ਘਟਨਾਵਾਂ ਦੀ ਸੀਸੀਟੀਵੀ ਵੀਡੀਓ ਫਿਲਹਾਲ ਸਾਹਮਣੇ ਆ ਚੁੱਕੀ ਹੈ। ਪੁਲਿਸ ਲਗਾਤਾਰ ਜਾਂਚ ਪੜਤਾਲ ਕਰ ਰਹੀ ਹੈ। ਮੁਕਤਸਰ ਤੋਂ ਮਨਪ੍ਰੀਤ ਮੋਨੂ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।